कैबिनेट मंत्री गुरकिरत सिंह कोटली खन्ना ते सरकारी हस्पताल दा दौरा करन दे लई पहुंचे। इस दौरान मंत्री गुरकिरत सिंह कोटली वालों हस्पताल दे प्रबंधा दा जायजा लिया गया। और दूजे पासे मरीजां वालों हस्पताल विच हर सहूलत मिलन दे दावे कर रहे प्रशासन दी पोल खोल के रख दी। इन्हां मरीजां विचों एक मरीज ने दस्या कि वह बीपी चैक करवाउण दे लई हस्पताल पहुंचा सी, पर हस्पताल स्टाफ वालों उसनूं गेड़े ही मरवाए गए, किसी ने बीपी तक चैक नहीं किया। जेकर दवाई की गल की जाए, दवाई भी हस्पताल दे डिस्पेंसरी तो नहीं मिलती, महंगीयां दवाइयां भी बाहरों लैनियां पैंदियां ने। ਕੀ ਨਾਮ ਹੈ ਭਾਈ? ਰਮੇਸ਼ ਕੁਮਾਰ ਜੀ। ਰਮੇਸ਼ ਕੁਮਾਰ ਜੀ, ਕੀ ਦਿੱਕਤ ਹੈ ਤੁਹਾਨੂੰ ਹੋਸਪਿਟਲ? ਮੈਂ 8 ਨੰਬਰ ਕਮਰੇ 'ਚ ਗਿਆ ਸੀਗਾ ਜੀ, ਬੀਪੀ ਚੈੱਕ ਕਰਾਉਣਾ ਸੀਗਾ ਜੀ। 8 ਨੰਬਰ ਵਾਲੇ ਕਹਿੰਦੇ ਐਮਰਜੈਂਸੀ ਜਾਓ ਜੀ, ਐਮਰਜੈਂਸੀ ਵਾਲੇ ਕਹਿੰਦੇ 8 ਨੰਬਰ ਜਾਓ ਜੀ। 8 ਨੰਬਰ 'ਚ ਫਿਰ ਗਿਆ, ਉਹ ਕਹਿੰਦੇ ਪੁਰਾਣੀ ਬਿਲਡਿੰਗ ਜਾਓ ਜੀ, ਉੱਥੇ ਮੈਡਮ ਕਹਿੰਦੇ 13 ਨੰਬਰ ਜਾਓ। ਉੱਧਰ ਕੋਠੇ ਉੱਤੇ ਚੜ੍ਹ ਕੇ ਆਏ ਜੀ, ਫਿਰ ਮੈਂ ਉੱਥੇ ਕਹਿੰਦੇ ਜੀ ਤੁਸੀਂ ਕਹਿੰਦੇ ਮਤਲਬ ਕਿ 8 ਨੰਬਰ 'ਚ ਜਾਓ ਜੀ। ਹੁਣ 8 ਨੰਬਰ 'ਚ ਕੋਈ ਨਹੀਂ ਮਿਲ ਰਿਹਾ ਜੀ, ਉਹ ਕਹਿੰਦੇ ਉੱਧਰ ਜਾਓ ਜੀ। ਅਤੇ ਹੁਣ ਮੈਂ ਸਤਪਾਲ ਕੋਲ ਆਇਆ, ਜਿਹੜਾ ਉਰੇ ਮੇਨ ਇਹਨਾਂ ਦਾ ਬੰਦਾ, 34 ਨੰਬਰ 'ਚ SMO। ਹਾਂਜੀ, ਬੀਪੀ ਨਹੀਂ ਚੈੱਕ ਹੋ ਰਿਹਾ, ਬਾਕੀ ਹੋਰ ਕੀ ਹੋਊਗਾ? ਉਹ ਤਾਂ ਲੈਣੀਆਂ ਪੈਂਦੀਆਂ ਨੇ। ਮੈਂ ਆਖਿਆ ਓਪਰੇਸ਼ਨ ਕਰਾਇਆ ਸੀਗਾ, ਕੋਟਲੀ ਸਾਹਿਬ ਆਏ ਸੀਗੇ, ਦੱਸਿਆ ਤਾਂ ਸੀਗਾ ਵੀ ਮਤਲਬ ਕਿ 595 ਰੁਪਏ ਦੀ ਦਵਾਈ ਆਈ ਹੈ, ਅੱਖ ਦਾ ਓਪਰੇਸ਼ਨ ਕਰਾਉਣਾ ਹੋਵੇ ਬਾਹਰੋਂ ਲੈ ਲਓ, ਸੰਤੋਖ ਕੁਮਾਰ ਤੋਂ, ਸੰਤੋਖ ਸਿੰਘ ਹੈ ਬਾਹਰਲੇ ਪਾਸੇ, ਸੰਤੋਖ ਮੈਡੀਕਲ ਹਾਲ, ਉਹ ਤੋਂ ਮਿਲਣੀ ਹੈ, ਇੱਧਰੋਂ ਨਹੀਂ ਮਿਲਣੀ। ਇਹ ਐਨਕ ਦਿੰਦਾ 50 ਰੁਪਏ ਦੀ, ਉਹ ਦਿੰਦਾ 100 ਰੁਪਏ ਦੀ, ਬਲੇਡ ਵੀ ਬਾਹਰੋਂ ਲੈ ਕੇ ਆਓ, ਸਰਿੰਜਾਂ ਵੀ ਬਾਹਰੋਂ ਲੈ ਕੇ ਆਓ, ਸਭ ਕੁਝ ਬਾਹਰੋਂ ਲੈ ਕੇ ਆਓ। ਹਾਂਜੀ, ਦਵਾਈ ਤੁਹਾਨੂੰ ਅੰਦਰੋਂ ਨਹੀਂ ਮਿਲੀ ਹੈਗੀ? ਹਾਂਜੀ, ਅੰਦਰੋਂ ਦਵਾਈ ਨਹੀਂ ਮਿਲੀ ਹੋਸਪਿਟਲ 'ਚ? ਉਹ ਪਹਿਲਾਂ ਦਵਾਈ ਤਾਂ ਮਿਲ ਗਈ ਸੀਗੀ, ਬਾਅਦ 'ਚ ਦਵਾਈ ਤਾਂ ਮਿਲੀ ਹੈ ਜੀ, ਜਿਹੜੀ ਪਹਿਲਾਂ ਪ੍ਰੇਸ਼ਨ ਪ੍ਰੂਸ਼ਨ ਵੇਲੇ ਉਹ ਤਾਂ ਕੁਛ ਨਹੀਂ ਮਿਲਿਆ ਨਾ। ਅੱਛਾ, ਤੁਹਾਨੂੰ ਸਾਨੂੰ ਬਾਹਰੋਂ ਉਹ 595 ਰੁਪਏ ਮੈਂ ਬਾਹਰੋਂ ਲੈ ਕੇ ਆਇਆ। ਤੁਸੀਂ ਇਸ ਸੰਬੰਧੀ ਕਿਹਨੂੰ ਸ਼ਿਕਾਇਤ ਕੀਤੀ ਹੈ? ਕੋਟਲੀ ਸਾਹਿਬ ਤੋਂ ਇਲਾਵਾ SMO ਨੂੰ ਸ਼ਿਕਾਇਤ ਕੀਤੀ ਹੈ? ਨਹੀਂ, SMO ਵੀ ਅੱਜ ਉੱਥੇ ਖੜਾ ਸੀਗਾ। ਕੀ ਮੰਗ ਕਰਦੇ ਹੋ ਤੁਸੀਂ? ਕੌਣ ਜੀ? ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਜੀ, ਮਤਲਬ ਕਿ ਕਿਉਂਕਿ ਹੁਣ ਮੇਰੇ ਵਰਗਾ ਦੇਖੋ ਕੋਠੇ 'ਤੇ ਚੜ੍ਹ ਨਹੀਂ ਸਕਦਾ, ਪੌੜੀਆਂ ਚੜ੍ਹ ਨਹੀਂ ਸਕਦਾ, ਇੱਧਰੋਂ ਚੜ੍ਹ ਕੇ ਆਇਆ ਮੈਂ ਤਾਂ, ਠੀਕ ਹੈ ਜੀ। ਹੁਣ ਕਿੰਨੀ ਮੁਸ਼ਕਿਲ ਹੈ ਤੁਹਾਡੇ ਸਾਹਮਣੇ, ਮੇਰੇ ਗੋਡਿਆਂ ਨੂੰ ਦੇਖ ਲਓ, ਹਲੋ ਹਲੋ, ਤੁਸੀਂ ਕਿਉਂਕਿ ਝੂਠ ਬੋਲਦੇ ਨੇ, ਮੈਨੂੰ ਪਤਾ ਮੇਰੀ ਦਿੱਕਤ ਕੀ ਹੈ, ਮੈਂ ਤੁਰਦਾ ਜ਼ਰੂਰ ਹਾਂ, ਮੈਨੂੰ ਪਤਾ। ਉੱਧਰ ਹਸਪਤਾਲ ਦਾ ਜਾਇਜ਼ਾ ਲੈਣ ਪੁੱਜੇ ਮੰਤਰੀ ਗੁਰਕਿਰਤ ਸਿੰਘ ਕੋਟਲੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਹਸਪਤਾਲ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਏ ਨੇ, ਸਟਾਫ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ। ਉਹਦੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਹਸਪਤਾਲ ਸਟਾਫ ਨੂੰ ਹਦਾਇਤ ਦੇ ਦਿੱਤੀ ਗਈ ਹੈ ਕਿ ਕਿਸੇ ਵੀ ਮਰੀਜ਼ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਨਹੀਂ, ਅੱਜ ਤਾਂ ਅਸੀਂ ਇੱਕ ਤਰ੍ਹਾਂ ਦਾ ਇੱਥੇ ਦੇਖਣ ਹੀ ਆਏ ਸੀ ਵੀ ਕੋਈ ਲੋਕਾਂ ਨੂੰ ਤਕਲੀਫ ਤਾਂ ਨਹੀਂ ਆ ਰਹੀ, ਡਾਕਟਰ ਆਪਣੇ ਸੀਟ 'ਤੇ ਬੈਠੇ ਨੇ ਜਾਂ ਉਹ ਕਿਸ ਤਰ੍ਹਾਂ ਪੇਸ਼ੈਂਟਸ ਨਾਲ ਉਹ ਵਰਤਾਵਾ ਕਰ ਰਹੇ ਨੇ ਔਰ ਕਿਸ ਤਰ੍ਹਾਂ ਦੀ ਕੇਅਰ ਹੋ ਰਹੀ ਹੈ, ਸੋ ਇਹ ਸਾਰੀਆਂ ਚੀਜ਼ਾਂ ਅਸੀਂ ਦੇਖਣਾ ਸੀ। ਮੰਜੀ ਸਾਹਿਬ, ਇੱਕ ਦਿੱਕਤ ਤਾਂ ਹੋਰ ਬਹੁਤ ਆਉਂਦੀ ਹੈ, ਜਦੋਂ ਕੋਈ ਪੇਸ਼ੈਂਟ ਇੱਥੇ ਆਉਂਦਾ ਹੈ ਕੋਈ ਐਮਰਜੈਂਸੀ ਦੇ ਵਿੱਚ, ਉੱਥੇ ਫੋਰਥ ਕਲਾਸ ਕੋਈ ਵੀ ਅੰਦਰੋਂ ਨਿਕਲ ਕੇ ਨਹੀਂ ਆਉਂਦਾ, ਜਦਕਿ ਖੁਦ ਆਪ ਉਹਨੂੰ ਪੇਸ਼ੈਂਟ ਵੀਲਚੇਅਰ ਤੋਂ ਲੈ ਕੇ ਜਾ ਸਟੈਚਰ 'ਚ ਲਿਜਾਣਾ ਪੈਂਦਾ ਹੈ। ਨਹੀਂ ਦੇਖੋ, ਕਿਤੇ ਨਾ ਕਿਸੇ ਪਾਰਟ 'ਤੇ ਤਾਂ ਹੁੰਦੀ ਹੈ ਕੋਈ ਨਾ ਕੋਈ ਸ਼ਿਕਾਇਤ, ਪਰ ਲੇਕਿਨ ਅੱਜ ਹਦਾਇਤਾਂ ਵੀ ਕੀਤੀਆਂ ਨੇ SMO ਸਾਹਿਬ ਨੂੰ, ਹੋਰ ਡਾਕਟਰ ਸਾਹਿਬਾਨਾਂ ਨੂੰ, ਬਈ ਪੇਸ਼ੈਂਟ ਦਾ ਖਾਸ ਧਿਆਨ ਰੱਖਿਆ ਜਾਵੇ, ਕੋਈ ਇੱਥੇ ਉਹਨਾਂ ਨੂੰ ਖੱਜਲ ਖਰਾਬੀ ਨਾ ਹੋਵੇ, ਔਰ ਅਗਰ ਕੋਈ ਐਮਰਜੈਂਸੀ ਦਾ ਪੇਸ਼ੈਂਟ ਆਉਂਦਾ ਉਹਦੀ ਵੀ ਦੇਖਭਾਲ ਸਹੀ ਸਮੇਂ 'ਤੇ ਹੋਵੇ, ਕਿਉਂਕਿ ਸੈਕੰਡਰੀ ਜਿਹੜੀ ਆ ਉਹ ਉਹਨਾਂ ਨੂੰ ਕੋਈ ਵੀ ਜਿਹੜੀ ਦਵਾਈ ਆ ਜਾਂ ਇਸ ਤਰ੍ਹਾਂ ਉਹ ਉਪਲਬਧ ਹੁੰਦੀ ਆ ਉਰੇ, ਔਰ ਅਗਰ ਕੋਈ ਬਹੁਤ ਜ਼ਿਆਦਾ ਸੀਰੀਅਸ ਪੇਸ਼ੈਂਟ ਹੁੰਦਾ ਫਿਰ ਦੂਸਰੇ ਹੋਸਪਿਟਲ ਨੂੰ ਰੈਫਰ ਵੀ ਕੀਤਾ ਜਾਂਦਾ। ਸਰ, ਜਿਵੇਂ ਇੱਕ ਤਾਂ ਮਹਿਲਾਵਾਂ ਨੇ ਤੁਹਾਨੂੰ ਸ਼ਿਕਾਇਤ ਕੀਤੀ ਹੈਗੀ ਆ ਕਿ ਥੱਪੜ ਮਾਰਨ ਦੀ ਗੱਲ ਆ ਸੁਪਰਵਾਈਜ਼ਰ ਵੱਲੋਂ, ਸਫਾਈ ਕਰਮਚਾਰੀ ਵੱਲੋਂ, ਉਹਨਾਂ ਦੇ ਕਈ ਵੀ ਕਹਿਣਾ ਹੈਗਾ ਸਾਡੇ ਜਿਹੜੇ ATM ਵਗੈਰਾ ਸਾਡੀਆਂ ਬੈਂਕ ਦੀਆਂ ਕਾਪੀਆਂ ਉਹਦੇ ਕੋਲ ਹੀ ਹੈਗੀਆਂ ਅਤੇ ਸਾਨੂੰ ਜਿਹੜੀ ਸੈਲਰੀ ਉਹ ਤੋਂ ਬਾਈ ਹੈਂਡ ਦਿੰਦਾ, ਜਦ ਸਾਡੇ ਅਕਾਊਂਟ ਖੁਲਾਏ ਗਏ ਹੈਗੇ। ਨਹੀਂ, ਉਹ ਕੰਪਲੇਂਟ ਕੀਤੀ ਆ, ਅਸੀਂ ਵੀ ਹਦਾਇਤ ਕੀਤੀ ਆ ਵੀ ਦੇਖ ਕੇ ਉਹਨਾਂ ਨਾਲ ਠੇਕੇਦਾਰ ਨਾਲ ਗੱਲ ਕੀਤੀ ਜਾਵੇ, ਔਰ ਇਸ ਤਰ੍ਹਾਂ ਦਾ ਵਰਤਾਵਾ ਬਿਲਕੁਲ ਬਰਦਾਸ਼ਤ ਨਹੀਂ ਹੈਗਾ, ਕਿਸੇ ਲੇਡੀ ਨੂੰ ਥੱਪੜ ਮਾਰਨਾ ਬਿਲਕੁਲ ਉਚਿਤ ਨਹੀਂ, ਔਰ ਅਗਰ ਹੋ ਸਕਿਆ ਤਾਂ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ, ਔਰ ਜਾਂ ਫਿਰ ਉਹਦਾ ਕੰਟਰੈਕਟ ਜਿਹੜਾ ਉਹ ਖਤਮ ਕਰਨਾ ਚਾਹੀਦਾ ਜਾਂ ਨੋਟਿਸ ਕੱਢਣਾ ਚਾਹੀਦਾ, ਔਰ ਜੋ ਵੀ ਬਣਦੀ ਕਾਰਵਾਈ ਆ ਉਹ SMO ਸਾਹਿਬ ਨੂੰ ਕਿਹਾ ਉਹ ਕਰਨ। ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਹਰ ਇੱਕ ਸਹੂਲਤ ਦਿੱਤੀ ਗਈ ਹੈ, ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਜੋ ਹਾਲ ਸਰਕਾਰੀ ਹਸਪਤਾਲਾਂ ਦਾ ਹੈ, ਕੋਈ ਵੀ ਸ਼ਖਸ ਆਪਣੇ ਮਰੀਜ਼ ਨੂੰ ਹਸਪਤਾਲ ਦੇ ਵਿੱਚ ਲਿਆਉਣ ਦੀ ਬਜਾਏ ਪ੍ਰਾਈਵੇਟ ਵਿੱਚ ਇਲਾਜ ਕਰਵਾਉਣਾ ਵਾਜਿਬ ਸਮਝੇਗਾ। ਖੰਨਾ ਤੋਂ ਸੰਜੂ ਸੈਣੀ ਦੀ ਰਿਪੋਰਟ, ਟੈਕ ਨਿਊਜ਼।
हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।